ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਅਤੇ ਰੇਡੀਓ ਪ੍ਰੋਗਰਾਮ ਦੇ ਨਾਲ ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਭੈਣ ਰਾਣੀ ਡਾਕਟਰ ਹਰਸ਼ਿੰਦਰ ਕੌਰ, ਅੱਜ ਉਹਨਾਂ ਦੇ ਗ੍ਰਹਿ ਵਿਖੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗੱਲਾਂ ਬਾਤਾਂ ਹੋਈਆਂ, ਕਿਸਾਨ ਅੰਦੋਲਨ ਚੱਲ ਰਿਹਾ ਇਸ ਵਕਤ, ਡਾਕਟਰ ਗੁਰਪਾਲ ਸਿੰਘ ਹੋਰਾਂ ਨਾਲ ਵੀ ਸਾਰਿਆਂ ਨਾਲ ਚਰਚਾ ਇਸ ਮੁਤਲਕ ਹੋਈ ਹੈ। ਘਰ ਘਰ ਮੇਰੇ ਖਿਆਲ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾਵਾਂ ਨੇ, ਬੀਬੀਆਂ 'ਚ ਵੀ ਅਤੇ ਬੰਦਿਆਂ 'ਚ ਵੀ, ਬੀਬੀਆਂ ਵੀ ਸ਼ਾਮਲ ਕਾਫੀ ਹੋ ਰਹੀਆਂ ਨੇ, ਤੇ ਕਿਸਾਨ ਅੰਦੋਲਨ ਨੂੰ ਇਸ ਵਾਰ ਕਿੱਦਾਂ ਵੇਖਦੇ? ਦੇਖੋ, ਕੋਈ ਵੀ ਸ਼ੌਕ ਦੇ ਨਾਲ ਬਾਹਰ ਨਹੀਂ ਨਿਕਲਦਾ। ਜਦੋਂ ਅੱਤ ਹੋ ਜਾਂਦੀ ਹੈ, ਦਿਸਦਾ ਹੈ ਕਿ ਹੁਣ ਹੋਰ ਕੋਈ ਰਾਹ ਨਹੀਂ ਬਚਿਆ, ਤਾਂ ਹੀ ਬੰਦਾ ਆਪਣੀ ਸੁਖਾਲੀ ਜ਼ਿੰਦਗੀ ਚੋਂ ਉਹ ਨਿਕਲ ਕੇ ਇਸ ਔਖਿਆਈ ਵਿੱਚ ਪਹੁੰਚਦਾ, ਜੇ ਭਾਵੇਂ ਉਹ ਕੋਈ ਵੀ ਕਿੱਤਾ ਹੋਵੇ। ਤੇ ਕਿਸਾਨੀ ਕਿੱਤਾ ਤਾਂ ਲਗਾਤਾਰ ਸੰਘਰਸ਼ ਦੇ ਰਾਹ ਵਿੱਚ ਤੁਰਿਆ ਜਾਂਦਾ, ਕਿਉਂਕਿ ਉਹਨਾਂ ਨੂੰ ਕੁਝ ਹਾਸਲ ਅਜੇ ਕੀਤਾ ਹੀ ਨਹੀਂ ਗਿਆ, ਤੇ ਉਲਟਾ ਜਿਹੜੇ ਕੇਸ ਉਹਨਾਂ ਉੱਤੇ ਕਰ ਦਿੱਤੇ ਗਏ, ਉਹਨਾਂ ਤੋਂ ਉਹਨਾਂ ਨੂੰ ਬਾਹਰ ਵੀ ਨਹੀਂ ਕੱਢਿਆ ਗਿਆ। ਵੱਡਾ ਨੁਕਤਾ ਇਹ ਜੇ ਜਿਸ ਢੰਗ ਨਾਲ ਉਹਨਾਂ ਨੂੰ ਰੋਕਿਆ ਜਾਂਦਾ ਜੇ ਨਾ, ਉਹ ਇੱਕ ਤਰੀਕੇ ਤੁਹਾਨੂੰ ਸੁਨੇਹਾ ਬੜਾ ਮਾੜਾ ਦਿੰਦੇ ਨੇ, ਜਿੱਥੇ ਸਾਡੇ ਨੌਜਵਾਨ ਬੱਚੇ ਵੀ ਇਹ ਸੁਨੇਹਾ ਲੈ ਰਹੇ ਨੇ ਕਿ ਭਾਈ ਅਸੀਂ ਤੇ ਭਾਰਤ ਵੱਖ ਨੇ ਸ਼ਾਇਦ। ਇਹ ਸੁਣਿਆ ਜਾਣਾ ਕੋਈ ਚੰਗੀ ਗੱਲ ਨਹੀਂ, ਜਿੱਥੇ ਤੁਸੀਂ ਆਪਣਿਆਂ ਨੂੰ, ਤੁਸੀਂ ਜੇ ਬਾਰਡਰ ਪਰਲੇ ਪਾਸੇ ਦੇਖੋਗੇ ਨਾ, ਇਸ ਤਰੀਕੇ ਦੇ ਭਿਆਨਕ ਨਹੀਂ ਬਣਾਏ ਗਏ, ਜਿਸ ਤਰੀਕੇ ਦੀਆਂ ਰੁਕਾਵਟਾਂ ਇੱਥੇ ਦਿਖਾਈਆਂ ਜਾ ਰਹੀਆਂ ਨੇ, ਤੇ ਫਿਰ ਉਹ ਚੀਜ਼ਾਂ ਜੋ ਟੀਅਰ ਗੈਸ ਸ਼ੈਲਸ ਦੇ ਵਿੱਚ ਪਾਈਆਂ ਜਾ ਰਹੀਆਂ ਨੇ, ਜੇ ਆਪਾਂ ਉਹਨੂੰ ਇਤਿਹਾਸਕ ਪੱਖੋਂ ਦੇਖੀਏ ਤਾਂ ਉਹ ਜਨੀਵਾ ਟ੍ਰੀਟੀ ਵਿੱਚ 1993 ਵਿੱਚ ਬੰਦ ਕਰ ਦਿੱਤਾ ਸੀ, ਯਾਨੀ ਵਰਲਡ ਵਾਰ 1 ਵਿੱਚ ਉਹ ਵਰਤੀਆਂ ਜਾਂਦੀਆਂ ਰਹੀਆਂ, ਜਿਹਨੂੰ ਬੰਦ ਕਰਨ ਦੀ ਗੱਲ ਕੀਤੀ ਗਈ, ਤੇ ਉਹਦੇ ਨਾਲ ਨਾ ਸਿਰਫ ਚਮੜੀ ਦੇ, ਸਾਹ ਦੀਆਂ ਬਿਮਾਰੀਆਂ ਦੇ, ਅੱਖਾਂ ਦੇ, ਬਲਕਿ ਇੱਥੋਂ ਤੱਕ ਕਿ ਜੇ ਜ਼ਿਆਦਾ ਲੰਮੇ ਸਮੇਂ ਤੱਕ, ਯਾਨੀ 2-2 ਦਿਨ ਇਸੇ ਤਰ੍ਹਾਂ ਲਗਾਤਾਰ ਦਿੱਤਾ ਜਾਏ, ਈਵਨ ਜਿਹੜੀਆਂ ਬੇਟੀਆਂ ਪ੍ਰੈਗਨੈਂਟ ਹੋਣਗੀਆਂ ਉਹਨਾਂ ਦੇ ਬੱਚੇ ਤੱਕ ਗਿਰ ਸਕਦੇ ਨੇ, ਇਹ ਕੋਈ ਆਮ ਜਿਹੀ ਚੀਜ਼ ਨਹੀਂ ਕੀਤੀ ਜਾ ਰਹੀ। ਕਿਉਂਕਿ ਉਹ ਡੈਥ ਵੀ ਹੋਈ ਹੈ ਨਾ, ASI ਹੀਰਾ ਲਾਲ ਦੀ ਡੈਥ ਹੋਈ ਹੈ, GRP ਹਰਿਆਣੇ ਦਾ ਸੀਗਾ, ਕਿਸਾਨ ਦੀ ਹੋਈ ਹੈ। ਬਿਲਕੁਲ, ਇਹ ਮੌਤ ਵੀ ਇਸ ਤਰ੍ਹਾਂ ਹੋ ਜਾਂਦੀ ਜੇ, ਤੇ ਉਹਦੇ ਨਾਲ ਖਾਸ ਤੌਰ ਤੇ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਹੋਣ, ਉਹ ਤਾਂ ਹੋਰ ਵੀ ਸਗੋਂ ਖਤਰੇ 'ਚ। ਜਿਵੇਂ ਅੱਜ ਕੱਲ੍ਹ ਆਕਸੀਜਨ ਦੀ ਵੀ ਘਾਟ ਹੈ ਡਾਕਟਰ ਸਾਹਿਬ, ਕਾਫੀ ਸਾਰੇ ਅਟੈਕ ਆ ਰਹੇ ਨੇ ਸਰਦੀ 'ਚ, ਜਿਹੜੇ ਆ ਕੈਜੂਅਲਟੀ ਵੱਧ ਜਾਂਦੀਆਂ ਨੇ ਮੌਤ ਦੀ ਦਰ, ਤੇ ਇਹ ਜਾਨਲੇਵਾ ਸਾਬਤ ਹੋ ਸਕਦਾ ਜਾਂ ਕਿਵੇਂ ਫਿਰ ਇਸ ਤੋਂ ਬਚਿਆ ਜਾ ਸਕਦਾ? ਬਿਲਕੁਲ, ਇਹ ਸਿਰਫ ਉਸ ਸਮੇਂ ਲਈ ਨਹੀਂ, ਬਲਕਿ ਜਿਵੇਂ ਦਿਨਾਂ ਦੇ ਤੱਕ ਇਹ ਇਸੇ ਤਰ੍ਹਾਂ ਦਾ ਧੂੰਆਂ ਲਗਾਤਾਰ ਛੱਡਿਆ ਜਾਂਦਾ ਰਿਹਾ, ਉਹਦੇ ਨਾਲ ਸਗੋਂ ਕਈ ਵਾਰ ਅੱਗੋਂ ਛੋਟੇ ਬੱਚਿਆਂ ਵਿੱਚ ਸਦੀਵੀ ਛਾਤੀ ਦੇ ਰੋਗ ਵੀ ਬਣ ਜਾਂਦੇ ਨੇ। ਸੋ ਇਹ ਕੋਈ ਇੰਨੀ ਸੌਖੀ ਚੀਜ਼ ਨਹੀਂ, ਕਈਆਂ ਦੀ ਨਜ਼ਰ ਤੱਕ ਜਾ ਸਕਦੀ ਹੈ। ਸੋ ਇਸ ਤਰੀਕੇ ਦਾ ਵਿਹਾਰ ਆਪਣੇ ਹੀ ਲੋਕਾਂ ਦੇ ਨਾਲ ਕੀਤਾ ਜਾਣਾ, ਜਿਹੜੇ ਮੁਜ਼ਾਹਰਾ ਸਿਰਫ ਆਪਣੀਆਂ ਮੰਗਾਂ ਲਈ, ਉਹ ਬੋਲੇ ਕੰਨਾਂ ਨੂੰ ਜਗਾਉਣ ਲਈ ਕਰ ਰਹੇ ਹੋਣ, ਤਾਂ ਫਿਰ ਦੱਸੋ ਇਸ ਤਰੀਕੇ ਦੇ ਵਿਹਾਰ ਨਾਲ ਕੀ ਦਿਖਾਉਣਾ ਚਾਹੁੰਦੇ ਨੇ? ਮੈਂ ਨੁਕਤਾ ਤੁਹਾਨੂੰ ਇਹ ਸਮਝਾ ਕੇ, ਡਾਕਟਰ ਸਾਹਿਬ ਦੇਖੋ, ਇਸ ਕੇਸ ਨੂੰ ਲੈ ਕੇ ਕਿ ਕਿਸਾਨ ਦਿੱਲੀ ਕਰ ਰਹੇ ਨੇ ਜਾਂ ਕਿਸਾਨਾਂ ਨੂੰ ਰਾਈਟ ਹੈ, ਇਹ ਮਾਮਲਾ ਕੋਰਟ 'ਚ ਗਿਆ, ਜਿਵੇਂ ਹੀਰਾ ਲਾਲ ASI ਦੀ ਡੈਥ ਹੋਈ ਹੈ, ਮੈਡੀਕਲ ਆਧਾਰ 'ਤੇ ਇਸ ਨੂੰ ਚੁਣੌਤੀ ਨਹੀਂ ਦਿੱਤੀ ਗਈ ਕਿਸੇ ਵੱਲੋਂ ਕੋਰਟ ਦੇ ਵਿੱਚ? ਹਾਂਜੀ, ਕਾਰਨ ਇਹ ਕਿ ਜਦੋਂ ਅੱਤ ਹੋ ਜਾਂਦੀ ਹੈ ਨਾ, ਉਦੋਂ ਇਹ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣ ਦੀ ਲੋੜ ਪੈਂਦੀ ਹੈ, ਉਦੋਂ ਇਹ ਜਾਨਾਂ ਇੱਕ ਤਰ੍ਹਾਂ ਸ਼ਹਾਦਤਾਂ ਗਿਣੀਆਂ ਜਾਂਦੀਆਂ, ਉਦੋਂ ਲੋਕ ਆਪਣੇ ਵਿੱਤੋਂ ਬਾਹਰ ਜਾ ਕੇ ਵੀ ਸਭ ਕੁਛ ਕਰਨ ਨੂੰ ਤਿਆਰ ਹੁੰਦੇ ਨੇ, ਤੇ ਪੰਜਾਬੀ ਤਾਂ ਖੈਰ ਖਾਸ ਤੌਰ ਤੇ ਇਸ ਪੱਖੋਂ ਜਾਣੇ ਜਾਂਦੇ ਨੇ। ਮੈਂ ਹਰਿਆਣੇ ਦੇ ਵਿੱਚ ਵੀ ਵੱਸਦੇ, ਉਹ ਪੰਜਾਬੀ ਪੁਣਾ ਆਪਣਾ ਪੂਰਾ ਸਾਂਭ ਕੇ ਬੈਠੇ ਨੇ, ਉਹਨਾਂ ਨੂੰ ਵੀ ਇਹਦਾ ਹਿੱਸਾ ਹੀ ਗਿਣਦੀ ਆ, ਕਿਉਂਕਿ ਸਾਡਾ ਅਸਲ ਜੀਨ ਤਾਂ ਸਾਰੇ ਪਾਸੇ ਹੀ ਫਿਰਦਾ ਸੀ। ਪਰ ਉਹਦੇ ਵਿੱਚ ਕਿਵੇਂ, ਕਿਉਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹ ਆਰ ਜਾਂ ਪਾਰ ਦੀ ਜੰਗ,
ਤੇ ਫਿਰ ਜਿਸ ਕਿਰਤੀ ਨੇ ਇਸ ਵੇਲੇ ਇਹ ਜੰਗ ਵਿੱਢੀ ਜੇ ਨਾ, ਜਿਹੜੇ ਆਮ ਲੋਕ ਵਿੱਚ ਬੈਠੇ ਨੇ ਜਿਸ ਵਿੱਚ ਔਰਤਾਂ ਭਾਰੀ ਗਿਣਤੀ 'ਚ ਸ਼ਾਮਲ ਨੇ, ਉਹ ਪਹਿਲ ਜਿਵੇਂ ਆਪਾਂ ਇਤਿਹਾਸਿਕ ਤੱਥ ਤੇ ਵੀ ਵਿੱਚ ਤੱਥਾਂ ਨੂੰ ਵਿੱਚ ਜੇ ਤੁਸੀਂ ਦੇਖੋਗੇ ਤਾਂ ਉਹ ਆਪਣੀ ਜੰਗ ਆਰਿਆਂ ਨਾਲ, ਰੰਬਿਆਂ ਨਾਲ, ਉਹਨਾਂ ਨਾਲ ਵਿੱਢ ਕੇ ਵੀ ਮਾਨਸਿਕ ਤਾਕਤ ਨਾਲ ਜਿੱਤਦੇ ਰਹੇ ਨੇ। ਸੋ ਉਹ ਮਾਨਸਿਕ ਤਾਕਤ ਓਨੀ ਹੀ ਬੁਲੰਦ ਜੇ ਅੱਜ ਵੀ, ਜਿਸ ਵਿੱਚ ਇੱਕ ਔਰਤ ਵੱਲੋਂ, ਸਾਡਾ ਇਤਿਹਾਸ ਦੇਖੋ ਨਾ, ਮਾਈ ਭਾਗੋ ਨੇ ਕੀ ਕੀਤਾ ਸੀ, ਲਾਹਨਤ ਹੀ ਪਾਈ ਸੀ, ਕੋਈ ਭੰਨਿਆ ਕੁੱਟਿਆ ਤੋੜਿਆ ਨਹੀਂ, ਲਾਹਨਤ ਪਾਈ ਸੀ। ਬਿਲਕੁਲ ਇਸੇ ਤਰ੍ਹਾਂ ਜਦੋਂ ਹਰ ਘਰ ਵਿੱਚ ਔਰਤ ਖੜੀ ਹੁੰਦੀ ਹੈ, ਤੂੰ ਨਹੀਂ ਜਾਣਾ, ਮੈਂ ਜਾਣੀ ਹਾਂ, ਇਹ ਹੱਕ ਸਾਡੇ ਸਾਰਿਆਂ ਦੇ ਨੇ, ਅਸੀਂ ਲੈਣੇ ਨੇ। ਬੀਬੀਆਂ ਵੈਸੇ ਭਾਵੇਂ ਬੀਬੀਆਂ ਪਟਿਆਲਾ ਜ਼ਿਲ੍ਹੇ 'ਚ ਡੱਲੇਵਾਲ ਸਾਹਿਬ ਦਾ ਜਾਂ ਪੰਧੇਰ ਦਾ ਕੇਡਰ ਭਾਵੇਂ ਕੋਈ ਬਹੁਤਾ ਨਹੀਂ ਹੈ, ਪਰ ਪਟਿਆਲਾ ਜ਼ਿਲ੍ਹੇ 'ਚੋਂ ਆਪਣੇ ਪਿੰਡਾਂ 'ਚੋਂ ਕਾਫੀ ਬੀਬੀਆਂ ਵੀ ਜਾ ਰਹੀਆਂ ਨੇ। ਬਿਲਕੁਲ, ਕਿਉਂਕਿ ਉਹਦੇ ਨਾਲ ਇਹ ਵੀ ਹੈ ਨਾ ਕਿ ਫੋਰਸਸ ਵੀ ਐਕਸ਼ਨ ਲੈਣ ਲੱਗੀਆਂ, ਗੁਰੇਜ਼ ਕਰਦੀ ਹੈ, ਜਿਹੜੇ ਹੁੜਦੁੰਗ ਮਚਾਉਣ ਵਾਲੇ ਪ੍ਰਦਰਸ਼ਨਕਾਰੀ ਵੀ ਨੇ, ਮਾਫ਼ ਕਰਨਾ, ਉਹ ਵੀ ਸੰਗ ਸ਼ਰਮ ਕਰਦੇ ਆ ਗਾਲੀ ਗਲੋਚ ਤੋਂ ਕਿ ਭੈਣਾਂ ਬੀਬੀਆਂ ਸਾਹਮਣੇ ਨੇ। ਬਿਲਕੁਲ, ਕਿਉਂਕਿ ਦੇਖੋ ਨਾ, ਜਿੰਨੇ ਵੀ ਜੈਥੋਂ ਦਾ ਬਾਗ ਦਾ ਭਾਵੇਂ ਮੋਰਚਾ ਸੀ, ਛਾਤੀਆਂ ਤੇ ਗੋਲੀਆਂ ਖਾਣ ਵਾਲੀਆਂ ਔਰਤਾਂ ਉਦੋਂ ਵੀ ਸਨ, ਜਿਹਦੇ ਵਿੱਚ 1 ਸਾਲ ਦੇ ਬੱਚੇ ਨੂੰ ਗੋਦੀ 'ਚ ਲੈ ਕੇ ਵੀ ਔਰਤ ਨੇ ਸ਼ਹਾਦਤ ਪਾਈ ਸੀ, ਉਹਦੇ ਬੱਚੇ ਨੇ ਵੀ ਪਾਈ ਸੀ। ਦਾ ਮਤਲਬ ਇਹੋ ਹੈ ਕਿ ਵਾਰ ਵਾਰ ਜਗਾ ਕਿਸ ਨੂੰ ਰਹੇ ਹਾਂ ਕਿ ਭਾਈ ਤੁਸੀਂ ਸਾਡੇ ਹੱਕ ਅਜੇ ਵੀ ਨਹੀਂ ਦਿੱਤੇ। ਪਰ ਗੱਲ ਵੱਡੀ ਇਹ ਹੈ ਕਿ ਤੁਸੀਂ ਦੇਖੋ, ਇਹ ਬਗਾਵਤੀ ਸੁਰ ਕਦੇ ਵੀ ਦੱਬੀ ਨਹੀਂ ਜੇ ਜਾਂਦੀ, ਇਹ ਹੌਲੀ ਹੌਲੀ ਸੁਲਗਦੀ ਹੁੰਦੀ ਜੇ, ਤੇ ਅਖੀਰ ਆਜ਼ਾਦੀ ਲੈ ਕੇ ਹੀ ਹਟਦੀ ਜੇ। ਇਹ ਸੁਨੇਹਾ ਜੇ ਸਾਡੇ ਉੱਪਰ ਬੈਠੇ ਰਾਜ ਕਰਨ ਵਾਲੇ ਸਮਝ ਜਾਣ ਨਾ, ਵੀ ਇਹ ਵੇਲੇ ਦੀ ਆਵਾਜ਼ ਜੇ, ਤੇ ਜੇ ਅਸੀਂ ਨਾ ਲੋਕਾਂ ਦੀ ਆਵਾਜ਼ ਬਣੇ ਜਾਂ ਇਹਨਾਂ ਦੇ ਨਾ ਦੁੱਖੜੇ ਸੁਣੇ, ਤਾਂ ਇਹ ਤਖਤੋ ਤਾਜ ਸਦੀਵੀ ਨਹੀਂ। ਦੂਸਰਾ ਦੂਸਰਾ ਡਾਕਟਰ ਸਾਹਿਬ, ਜਿਹੜਾ ਵਿਸ਼ਵ ਭਰ ਦੇ ਵਿੱਚ ਅੰਨ ਦਾ ਕਾਲ ਹੈ, ਅਨਾਜ ਕਾਲ ਨਹੀਂ, ਰਾਜ ਕਾਲ ਹੁੰਦਾ, ਰਾਜ ਪ੍ਰਬੰਧਾਂ 'ਚ ਜੇ ਸਟੋਰੀਏ ਵੱਧ ਗਏ, ਜਮ੍ਹਾਂਖੋਰ ਵੱਧ ਗਏ, ਤਾਂ ਅਨਾਜ ਦੀ ਕਿੱਲਤ ਹੈ। ਇੰਡੀਆ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚੋਂ ਇਸ ਵਾਰੀ ਇੰਡੀਆ 'ਚ ਸਭ ਤੋਂ ਘੱਟ ਅਨਾਜ ਆ ਗੌਰਮੈਂਟ ਕੋਲ। ਯੂਕਰੇਨ ਦੇ ਵਿੱਚ ਜੰਗ ਹੈ, ਜਿਹੜੇ ਵਧੀਆ ਉਤਪਾਦਕ ਨੇ ਕਣਕ ਦੇ, ਦਾਲਾਂ ਦੇ, ਵਿਸ਼ਵ ਭਰ ਦੇ ਵਿੱਚ ਖਾਣ ਵਾਲੇ ਪਦਾਰਥਾਂ ਦੀ ਘਾਟ ਰੜਕ ਰਹੀ ਹੈ। ਕਣਕ ਤੁਸੀਂ ਵੇਖ ਲਓ, MP ਵਾਲੀ ਕਣਕ 3600 ਰੁਪਏ ਹੋ ਗਈ, ਜਿਹੜੀ 3000 ਸੀ ਪਿਛਲੇ ਸਾਲ। ਇਸੇ ਤਰ੍ਹਾਂ ਦੂਸਰਾ ਜਿਹੜਾ ਸਮਰੱਥਾ ਵਾਲਾ ਵਰਗ ਹੈ, ਕੋਧਰਾ ਗਰੀਬ ਦੀ ਰੋਟੀ ਸੀ, ਬਾਜਰਾ ਸੀਮੈਂਟ ਦੀਆਂ ਰੋਟੀਆਂ ਹੁੰਦੀਆਂ ਸੀ, ਗਰੀਬ ਦੀਆਂ ਰੋਟੀਆਂ ਸੀਮੈਂਟ ਦੀਆਂ, ਅਤੇ ਉਹ ਫੂਡ ਮਹਿੰਗਾ ਹੋ ਗਿਆ। ਜਿਹੜੇ ਲੋਕ ਸਮਰੱਥਾਵਾਨ ਨੇ, ਉਹ ਜਿਵੇਂ ਤੁਸੀਂ ਵੀ ਇਸ ਹੋਕਾ ਦਿੰਦੇ ਹੋ, 35-36 ਕਿਤਾਬਾਂ ਤੁਸੀਂ ਲਿਖੀਆਂ ਫੂਡ ਜਰਨਲਿਜ਼ਮ 'ਤੇ, ਜਾਣੀ ਅੱਛੇ ਖਾਣ ਵਾਲੇ ਪਦਾਰਥ ਹੈ ਜਿਹੜੇ, ਉਹਨਾਂ ਦੀ ਡਿਮਾਂਡ ਵੱਧ ਰਹੀ ਹੈ। ਬਿਲ ਗੇਟਸ ਵੀ ਬਾਜਰੇ ਦੀ ਰੋਟੀ ਪਕਾ ਕੇ ਦਿਖਾ ਰਿਹਾ, ਮੋਦੀ ਸਾਹਿਬ ਵੀ ਬਾਜਰੇ ਦਾ ਪ੍ਰਚਾਰ ਮਿਲਟਸ ਦਾ ਕਰ ਰਹੇ ਨੇ। ਆਉਣ ਵਾਲੇ ਸਮੇਂ ਜਿਹੜੀ ਖੇਤੀ ਦੀ GDP ਹੈ, ਕਦੇ ਨਹੀਂ ਡਿੱਗਦੀ। ਜਿਵੇਂ ਫੂਡ ਕਾਰਪੋਰੇਟ, ਜਿਹੜਾ ਕਾਰਪੋਰੇਟ ਹੈ, ਉਹ ਫੂਡ ਇੰਡਸਟਰੀ ਨੂੰ ਕਾਬੂ ਕਰ ਰਿਹਾ, ਕਿਉਂਕਿ ਇਹਦੀ GDP ਕਦੇ ਨਹੀਂ ਡਿੱਗਦੀ। ਸੋ ਕੀ ਲੱਗਦਾ ਆਉਣ ਵਾਲੇ ਸਮੇਂ 'ਚ, ਜਿਵੇਂ ਬੂਟ ਬਲੈਤੀ ਇੱਕ ਨਜ਼ਮ ਸੀ ਕਿ ਜੇ ਹੁਣ ਜਿਹੋ ਜਿਹਾ ਖਾਓਗੇ ਉਹੋ ਜਿਹੀਆਂ ਫਿਰ ਦਵਾਈਆਂ, ਸਾਰਾ ਕੁਛ ਤੁਹਾਡੀ ਖੁਰਾਕ ਨਾਲ ਜੁੜਿਆ। ਹੁਣ ਖੁਰਾਕ ਜੇ ਆਮ ਲੋਕਾਂ ਦੀ ਘਰਾਂ 'ਚੋਂ ਖਤਮ ਹੁੰਦੀ ਹੈ, ਬਾਹਰ ਦੀ ਖੁਰਾਕ ਆਉਂਦੀ ਹੈ, ਬਾਹਰ ਦੀ ਬ੍ਰੈਡ ਆਉਂਦੀ ਹੈ, ਬਾਹਰ ਦਾ ਫੂਡ ਆਉਂਦਾ, ਉਸ ਤਰ੍ਹਾਂ ਸਾਡੀਆਂ ਲੋੜਾਂ ਬਣ ਜਾਣੀਆਂ ਨੇ। ਕੀ ਮਨੁੱਖ ਇੱਕ ਕਲੋਨ ਨਹੀਂ ਬਣ ਜਾਏਗਾ? ਉਸ ਤਰ੍ਹਾਂ ਦੀ ਮੈਡੀਸਨ, ਉਸ ਤਰ੍ਹਾਂ ਦੇ ਕੱਪੜੇ, ਤੁਹਾਡੀ ਆਪਣੀ ਦੇਸੀ ਖੁਰਾਕ 'ਤੇ ਇੱਕ ਹਮਲਾ ਹੈ। ਉਸ ਕ੍ਰਾਈਸਿਸ ਨੂੰ ਕਿਵੇਂ ਵੇਖਦੇ ਹੋ? ਜੇ ਕਿਸਾਨ ਕੋਲੋਂ MSP ਖੁੱਸ ਗਈ, ਤਾਂ ਉਹਨੇ ਹੌਲੀ ਹੌਲੀ ਜ਼ਮੀਨ ਛੱਡ ਕੇ ਕੋਈ ਹੋਰ ਧੰਦਾ ਕਰ ਲੈਣਾ। ਛੋਟਾ ਕਿਸਾਨ ਪੂਰੀ ਦੁਨੀਆ 'ਚੋਂ ਘੱਟ ਰਿਹਾ। ਬਿਲ ਗੇਟਸ ਅਮੈਰੀਕਾ ਦਾ ਸਭ ਤੋਂ ਵੱਡਾ ਫਾਰਮਰ ਬਣ ਗਿਆ, ਜ਼ਮੀਨਾਂ 'ਤੇ ਕਾਰਪੋਰੇਟ ਦੀ ਅੱਖ ਹੈ।
ਇਹ ਜਿਹੜਾ ਲੜਨ ਦੀ ਜ਼ਰੂਰਤ ਹੈ ਜੋ ਪੰਜਾਬ 'ਚ ਇਸ ਖਿੱਤੇ 'ਚੋਂ, ਉਹ ਜ਼ਰੂਰਤ ਨੇ ਖਤਮ ਹੋ ਜਾਣਾ। ਇਹ ਜਿਹੜਾ ਇੱਕ ਟੇਢੇ ਤਰੀਕੇ ਨਾਲ ਤੁਹਾਡੇ ਅੰਨ 'ਤੇ ਹਮਲਾ, ਇਹਨੂੰ ਕਿੱਦਾਂ ਵੇਖਦੇ ਹੋ? ਦੇਖੋ, ਹੁੰਦਾ ਇਹ ਜੇ ਕਿ ਜਿਹੜੇ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣੇ ਜਦੋਂ ਇਹ ਖੇਤਾਂ ਨੂੰ ਲੈਂਦੇ ਨੇ, ਉਹਦੇ ਵਿੱਚ ਹੋਰ ਇਹ ਵੀ ਢੰਗ ਪੈਦਾ ਕਰਦੇ ਨੇ ਜਿਹਦੇ ਨਾਲ ਉਪਜ ਵਧੇ, ਜਿਸ ਵਿੱਚ ਜੈਨੇਟਿਕ ਇੰਜੀਨੀਅਰਿੰਗ ਇੱਕ ਮੇਜਰ ਇਸ ਵੇਲੇ ਰੋਲ ਅਦਾ ਕਰ ਰਹੀ ਹੈ। ਉਹਦੇ ਪੋਜ਼ਿਟਿਵ ਬਹੁਤ ਸਾਰੇ ਬੇਅੰਤ ਹੋਣਗੇ, ਪਰ ਉਹਦਾ ਇੱਕ ਹੋਰ ਪੱਖ ਜੋ ਨਜ਼ਰਅੰਦਾਜ਼ ਹੋ ਰਿਹਾ ਜੀ, ਉਹ ਮੈਂ ਤੁਹਾਨੂੰ ਸਾਹਮਣੇ ਲਿਆ। GM ਸਰੋਂ ਸੀ, ਇੰਡੀਆ ਗਵਰਨਮੈਂਟ ਆਗਿਆ ਦੇਣ ਨੂੰ ਤਿਆਰ ਸੀ, ਲੋਕਾਂ ਨੇ ਵਿਰੋਧ ਕੀਤਾ, ਤਾਂ GM ਸਰੋਂ ਅਜੇ ਤੱਕ ਬੈਨ ਹੈ। BT ਬੈਂਗਣ ਆ ਗਏ ਆ, BT ਕਪਾਹ ਆ ਗਈ ਹੈ, ਉਹਦੇ ਨਾਲ ਅਲਾਮਤਾਂ ਬਹੁਤ ਆ ਰਹੀਆਂ ਜੀ। ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਉਹਦਾ ਇੱਕ ਪੱਖ ਜੋ ਕੁਝ ਖੋਜੀਆਂ ਨੇ ਸਾਹਮਣੇ ਲਿਆਇਆ, ਜਿਹਨਾਂ ਨੂੰ ਪੁਰਜ਼ੋਰ ਤਰੀਕੇ ਨਾਲ ਦੱਬਿਆ ਜਾ ਰਿਹਾ ਤਾਂ ਕਿ ਇਹ ਚੀਜ਼ਾਂ ਉਸੇ ਤਰ੍ਹਾਂ ਤੁਰਦੀਆਂ ਰਹਿਣ। ਉਹ ਹੈਗਾ ਜੇ ਵੱਡੀ ਗਿਣਤੀ ਵਿੱਚ ਸਾਡੇ ਬੱਚਿਆਂ ਵਿੱਚ ਮਨੋਰੋਗ, ਜਿਸ ਨੂੰ ਆਟਿਜ਼ਮ, ADHD, ਚਿੜਚਿੜਾਪਨ, ਜ਼ਿੱਦੀ ਹੋਣਾ, ਆਖੇ ਨਾ ਲੱਗਣਾ, ਬਗਾਵਤੀ ਸੁਰ ਉਹਨਾਂ ਦੀ ਹੋਣ ਲੱਗ ਜਾਣੀ, ਚੀਜ਼ਾਂ ਭੰਨਣੀਆਂ ਤੋੜਨੀਆਂ, ਗੁੱਸੇ ਦੇ ਅਟੈਕ ਹੋਣੇ, ਪੈਨਿਕ ਅਟੈਕਸ ਹੋਣੇ, ਇਹ ਚੀਜ਼ਾਂ ਬਹੁਤ ਸਾਰੀਆਂ ਸਿਰਫ ਖਾਣਿਆਂ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਨਾਲ ਅਸੀਂ ਇੱਥੋਂ ਤੱਕ ਦੇਖਿਆ ਗਿਆ ਕਿ ਜੋ ਇਹ ਜਿੱਥੇ ਫੈਕਟਰੀਆਂ ਦੇ ਲਾਗੇ ਜਾਂ ਜਿਹੜੇ ਸੜਕੀ ਆਵਾਜਾਈ ਦੇ ਨੇੜੇ ਲੋਕ ਰਹਿ ਰਹੇ ਸਨ, ਉੱਥੇ ਬੱਚੇ ਜੋ ਪੈਦਾ ਹੋ ਰਹੇ ਸਨ, ਉਹ ਵੀ ਮਾਨਸਿਕ ਰੋਗੀ, ਉਹਨਾਂ ਦੇ ਦਿਮਾਗ ਦਾ ਪੂਰਾ ਵਿਕਾਸ ਨਹੀਂ ਹੋਇਆ, ਤੇ ਉਹਨਾਂ ਇਲਾਕਿਆਂ ਵਿੱਚ ਜਿਹੜੇ ਬੱਚੇ ਸੀ ਉਹਨਾਂ ਦਾ ਅਪਰਾਧਿਕ ਮਤਲਬ ਉਹਨਾਂ ਦੀ ਦੇਖਿਆ ਗਿਆ ਤੌਰ ਤਰੀਕੇ। ਬਿਲਕੁਲ, ਇਹ ਖੋਜਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਤੁਸੀਂ ਦਿਖਾ ਸਕਦੇ ਹੋ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਅਸੀਂ ਅਣਗੌਲਿਆਂ ਕਰ ਰਹੇ ਹਾਂ ਕਿ ਸਿਰਫ ਇੱਕ ਕਾਰਪੋਰੇਟ ਘਰਾਣਿਆਂ ਦੇ ਹੱਥ ਜ਼ਮੀਨ ਹੀ ਨਹੀਂ ਦਿੱਤੀ ਜਿਨ੍ਹਾਂ ਨੇ ਆਪਣਾ ਫਾਇਦਾ ਦੇਖਣਾ, ਬਲਕਿ ਸਾਡੀ ਆਉਣ ਵਾਲੀ ਪੁਸ਼ਤ ਨਿਸ਼ਤਾ ਨਾਬੂਦ ਕਰ ਰਹੇ ਨੇ। ਹੁਣ ਉਹਦੇ ਵਿੱਚ ਦੇਖੋ, ਜਦੋਂ ਇਹ ਗੱਲ ਕਰਦੇ ਨੇ ਸਾਰੇ ਸਿਆਸਤਦਾਨ ਕਿ ਸਾਡੇ ਕੋਲ ਪੈਸੇ ਨਹੀਂ, ਹਾਸੋਹੀਣੀ ਗੱਲ ਲੱਗਦੀ ਹੈ ਵੀਰਾ। ਤੁਸੀਂ ਕਦੇ YouTube ਹੀ ਖੋਲ੍ਹ ਲਓ, ਕੋਈ ਮਰਜ਼ੀ ਪ੍ਰੋਗਰਾਮ ਦੇਖ ਲਓ, ਹਰ 3 ਮਿੰਟ ਦੇ ਬਾਅਦ ਉਹ ਐਡਾਂ ਦੇਣੀਆਂ, ਅਖਬਾਰਾਂ ਭਰੀਆਂ ਹੋਈਆਂ, ਸਾਰੇ ਬਾਜ਼ਾਰ ਭਰੇ ਹੋਣੇ। ਇਹ ਕਿੱਥੋਂ ਆਉਂਦੀਆਂ ਨੇ? ਇਹ ਖਰਬਾਂ ਰੁਪਏ ਦਾ ਜੋ ਇਹਨਾਂ ਨੇ ਇੱਥੇ ਖਰਚਾ ਕਰਨਾ ਇਸ਼ਤਿਹਾਰਬਾਜ਼ੀ ਦਾ, ਉਹ ਤੁਸੀਂ ਇੱਕਦਮ ਮਨ ਜਿੱਤ ਲਿਆ ਜੇ, ਜਿਸ ਨੂੰ ਕੁਝ ਸਹੀ ਮੈਨਿਆਂ 'ਚ ਉਹਨੂੰ ਹੱਕ ਦੇ ਦਿੱਤਾ, ਉਹਨੇ ਆਪੇ ਹੀ ਉਹ ਇਸ਼ਤਿਹਾਰ ਬਣ ਜਾਣਾ, ਉਹਨੇ ਪੁਸ਼ਤ ਦਰ ਪੁਸ਼ਤ ਉਹਦੀ ਵਧਾਈ ਕਰਦੀ ਰਹਿਣੀ ਹੈ। ਉਹਨੂੰ ਇਹਨਾਂ ਇਸ਼ਤਿਹਾਰਾਂ ਨੇ ਕੁਛ ਨਹੀਂ ਦੇਣਾ। ਸੋ ਇਹ ਖਰਚੇ ਜਿਹੜਾ ਰਵਾਇਤੀ ਬੀਜ ਖਤਮ ਹੋ ਗਏ, ਕਿਉਂਕਿ ਮਨਸੈਂਟੋ ਹੈ ਜਾਂ ਹੋਰ ਹੈ ਪਿੱਛੇ ਜੇ ਇੰਡੀਆ ਗਵਰਨਮੈਂਟ ਦੇ ਜਿਹੜੇ ਇੰਡੀਆ ਦੇ ਈਵਨ ਅਕਾਲੀ ਦਲ ਨਾਲ ਸੰਬੰਧਿਤ ਵੀ ਇੱਕ MP ਸੀ, ਉਹ ਵੀ ਮਨਸੈਂਟੋ ਦਾ ਫਰੀ ਟੂਰ ਲਾ ਕੇ ਆਇਆ ਅਮੈਰੀਕਾ ਦਾ। ਉਸ ਦੌਰਾਨ ਇਹ ਜਿਹੜਾ ਫਸਲਾਂ 'ਚ ਜਨੈਟਿਕਲੀ ਛੇੜਛਾੜ ਹੈ, ਉਹਦਾ ਮਨੁੱਖ ਦੀ ਫਿਤਰਤ, ਮਨੁੱਖ ਦੇ ਮਾਇੰਡ 'ਤੇ, ਮਨੁੱਖ ਦੇ ਸਰੀਰ 'ਤੇ, ਉਹਦੀ ਸਕਿਨ 'ਤੇ ਬਹੁਤ ਤਰ੍ਹਾਂ ਦਾ ਅਸਰ ਪਏਗਾ। ਇਹ ਵੀ ਇੱਕ ਗੁਲਾਮੀ ਵੱਲੋਂ ਨਹੀਂ ਬਜਾਇਆ ਜਾ ਰਿਹਾ ਜੀ? ਬਿਲਕੁਲ, ਮੈਂ ਉਹਦੇ ਵਿੱਚ ਹੁਣ ਇੱਕ ਨਿੱਕੀ ਜਿਹੀ ਜਿਵੇਂ ਐਗਜ਼ਾਮਪਲ ਦਿੰਦੀ ਹਾਂ, ਕੀਵੀ ਫਲ ਹੈ, ਨਿਊਜ਼ੀਲੈਂਡ ਦਾ ਉਹਨਾਂ ਦਾ ਆਪਣਾ, ਜੇ ਕਮਾਲ ਇਹ ਦੇਖੋ ਕਿ ਸਾਡੇ ਦੇਖਿਆ ਗਿਆ ਕਿ ਉਹਨੂੰ ਹਜ਼ਮ ਕਰਨ ਦੇ ਜੋ ਉਹਦੇ 'ਚ ਮਿਊਸਿਨਸ ਨੇ, ਉਹ ਸਾਰਾ ਉਹਦਾ ਲੇਸ, ਉਹਨੂੰ ਹਜ਼ਮ ਕਰਨ ਦੇ ਉਨੇ ਵਧੀਆ ਤੱਤ ਨਹੀਂ ਹਨ। ਸੋ ਜੇ ਅਸੀਂ ਵਾਧੂ ਉਹਨੂੰ ਵਰਤਦੇ ਹਾਂ ਤਾਂ ਸਾਡੇ ਯਾਨੀ ਪਿੱਤੇ ਵਿੱਚ ਪੱਥਰੀ ਬਣਨ ਦੇ ਆਸਾਰ ਵੱਧ ਹੁੰਦੇ ਨੇ। ਕੁਦਰਤ ਨੇ ਕੁੱਝ ਨਾ ਕੁੱਝ ਸਿਸਟਮ ਹਰ ਏਰੀਆ ਵਿੱਚ ਰੱਖਿਆ ਹੋਇਆ ਵੀ ਅਸੀਂ ਉੱਥੋਂ ਦਾ ਸਿੱਖ ਕੇ ਇੱਥੇ ਹੀ ਲਿਆਉਣਾ, ਤਾਂ ਭਾਈ ਉਹੀ ਫਲ ਨਾਲੋਂ ਤੁਹਾਡੇ ਆਪਣੇ ਕੋਲ ਜੋ ਰਵਾਇਤੀ ਫਲ ਹੈ, ਬਿਲਕੁਲ ਉਹਨਾਂ ਨੂੰ ਕਿਉਂ ਨਹੀਂ ਬਚਾਉਂਦੇ? ਮੈਨੂੰ ਹੁਣ ਦੱਸੋ, ਸੁਹੰਜਣਾ ਕਿੰਨੀ ਕੁ ਥਾਂ ਤੇ ਮਿਲੇਗਾ? ਤੇ ਜਦੋਂ ਉਹਦੀਆਂ ਅਸੀਂ ਫਾਇਦੇ ਦੇਖਦੇ ਹਾਂ ਤਾਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਵੀ ਪਰਮਾਤਮਾ ਨੇ ਇਹਦੇ ਵਿੱਚ ਇੰਨਾ ਕੁਛ ਦਿੱਤਾ, ਸਾਨੂੰ ਤਾਂ ਕਦੇ ਦਵਾਈ ਲੈਣ ਦੀ ਲੋੜ ਹੀ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ, ਹੁਣ ਰਾਗੀ ਹੈ, ਉਹਨੂੰ ਪਾਣੀ ਚਾਹੀਦਾ ਨਹੀਂ, ਜੰਗਲੀ ਬੂਟੀ ਜੇ, ਪਰ ਉਹਦੇ ਵਿੱਚ ਚਮੜੀ ਤੋਂ ਲੈ ਕੇ ਕੈਂਸਰ ਨਾਲ ਲੜਨ ਤੱਕ ਤੋਂ ਲੈ ਕੇ ਕੀ ਅੰਤੜੀਆਂ, ਕੀ ਗੋਡੇ, ਕੀ ਤੁਹਾਡੀ
ਝੁਰੜੀਆਂ ਰੋਕਣ ਤੋਂ ਲੈ ਕੇ ਵਾਲ ਵਧੀਆ ਕਰਨ ਤੋਂ ਲੈ ਕੇ ਹਰ ਚੀਜ਼ ਭਰੀ ਪਈ ਹੈ ਜੋ ਕਿ ਹੈਰਾਨ ਕਰ ਦੇਣ ਵਾਲੀ ਹੈ ਕਿ ਤੁਹਾਨੂੰ ਗੋਲੀਆਂ ਦੀ ਦਵਾਈਆਂ ਦੀ ਲੋੜ ਹੀ ਨਹੀਂ। ਮੇਥੀ, ਤੁਸੀਂ ਮੰਨ ਸਕਦੇ ਹੋ ਕਿ ਇਸ ਵੇਲੇ ਸਭ ਤੋਂ ਮਹਿੰਗੀ ਦਵਾਈ ਜੋ ਸ਼ੂਗਰ ਦੀ ਤਿਆਰ ਕੀਤੀ ਜਾ ਰਹੀ ਹੈ ਉਹ ਮੇਥੀ ਤੋਂ ਹੈ। ਤਾਂ ਫਿਰ ਅਸੀਂ ਇਹੋ ਜਿਹੀਆਂ ਕੁਦਰਤੀ ਚੀਜ਼ਾਂ ਕਿਉਂ ਖਤਮ ਕਰ ਰਹੇ ਹਾਂ? ਜੇ ਵਾਪਸ ਇਹਨਾਂ ਵੱਲ ਆਵਾਂਗੇ ਤਾਂ ਤੁਸੀਂ ਪਹਿਲੇ ਵੀ ਦੇਖੋ ਕਿ ਸਾਡੇ ਉਦੋਂ ਵੀ 80 ਵਰ੍ਹਿਆਂ ਦੇ ਸਾਡੇ ਪਿਓ ਮੋਢੇ ਤੇ ਪੂਰੀ ਕਿਲੋ ਦੀ 10 ਕਿਲੋ ਦੀ ਬੋਰੀ ਤੱਕ ਚੱਕ ਕੇ ਲੈ ਜਾਂਦੇ ਸਨ, ਤੇ ਹੁਣ ਤੁਸੀਂ 5 ਕਿਲੋ ਦਾ ਥੈਲਾ ਫੜਾ ਕੇ ਦੇਖ ਲਓ ਸਾਡੇ ਬੱਚਿਆਂ ਨੂੰ ਤੇ ਉਹ ਟਰਾਲੀ 'ਚ ਲੈ ਕੇ ਜਾਂਦੇ ਉਹ ਬਿਲਕੁਲ 10 ਕਦਮ ਪੁੱਟ ਕੇ ਹਾਏ ਹਾਏ ਸ਼ੁਰੂ ਕਰ ਦਿੰਦੇ ਨੇ। ਇੱਕ ਕਾਰਨ ਉਹਦੇ 'ਚ ਇਹ ਹੈ ਨਾ ਕਿ ਜਿਹੜੇ ਜੁਝਾਰੂ ਖਿੱਤੇ ਨੇ, ਜਿਵੇਂ ਇੰਡੀਆ ਦਾ ਜੁਝਾਰੂ ਖਿੱਤਾ ਜਿਹਨੇ ਸਿਕੰਦਰ ਆਜ਼ਮ ਤੋਂ ਲੈ ਕੇ ਹੁਣ ਤੱਕ ਖੇਤੀ ਕਾਨੂੰਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਖਿਲਾਫ ਲੜਾਈ ਲੜੀ। ਸੋ ਮਨੁੱਖ ਨੂੰ ਗੁਲਾਮ ਬਣਾਉਣ ਦਾ ਤਰੀਕਾ ਹੈ ਕਿ ਉਹਦੀ ਖੁਰਾਕ ਚੇਂਜ ਕਰ ਦਿਓ, ਉਸ ਪਾਸੇ ਨੂੰ ਵੀ ਗੱਲ ਜਾਏਗੀ। ਬਿਲਕੁਲ, ਖੁਰਾਕ ਬਦਲ ਦਿਓ, ਉਹਨਾਂ ਨੂੰ ਰੋਗੀ ਬਣਾ ਦਿਓ, ਤੇ ਫਿਰ ਹੌਲੀ ਹੌਲੀ ਜ਼ਬਾਨ ਖੋਲੋ, ਇਤਿਹਾਸ ਖੋਲੋ, ਤੇ ਫਿਰ ਉਹ ਜਮਾਂ ਹੀ ਖਤਮ ਕਰ ਦਿਓ। ਯਾਨੀ ਹੋਂਦ ਤੁਸੀਂ ਐਬੋਰੀਜਨਲ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਦੇਖ ਲਓ, ਜੋ ਅੱਜ ਆਪਣੇ ਆਪ ਨੂੰ ਬਿਲਕੁਲ ਕਹਿੰਦੇ ਕਹਾਉਂਦੇ ਸਭ ਨਸ਼ਿਆਂ ਵਿੱਚ ਗਰਕ ਗਏ ਤੇ ਸਾਰਿਆਂ ਤੋਂ ਪੜ੍ਹਾਈ ਖੋਹ ਲਈ ਗਈ ਤੇ ਵਿਹਲੜ ਬਣਾ ਕੇ ਰੱਖ ਦਿੱਤੇ ਗਏ, ਮੈਨੂੰ ਦੱਸ ਦੇਣਾ ਇਸ ਤਿੰਨੋਂ ਚੀਜ਼ਾਂ ਕੀ ਸਾਡੇ ਪੰਜਾਬੀਆਂ ਉੱਤੇ ਚੰਗੇ ਤਰੀਕੇ ਨਹੀਂ ਥੋਪੀਆਂ ਜਾ ਰਹੀਆਂ? ਵਿਹਲੜ ਸਾਨੂੰ ਬਣਾ ਦਿੱਤੇ ਗਏ ਵੀ ਤੁਸੀਂ ਵਿਹਲੇ ਘਰ ਬੈਠ ਕੇ ਖਾਓ, ਤੁਹਾਨੂੰ ਸਭ ਕੁਛ, ਅਸੀਂ ਸਿਰਫ ਵੋਟ ਪਾ ਦਿਓ। ਤੇ ਜਿਸ ਤਰੀਕੇ ਨਸ਼ਿਆਂ ਵਿੱਚ ਸਾਨੂੰ ਗ੍ਰਸਤ ਕਰ ਰਹੇ ਨੇ ਤੇ ਫਿਰ ਜ਼ਬਾਨ ਸਾਡੀ ਖੋਈ ਗਈ, ਤਾਂ ਫਿਰ ਸਾਡੇ ਕੋਲ ਬਚਣਾ ਕੀ ਜੇ? ਸੋ ਇਸੇ ਕਾਰਨ ਇਹ ਜੇ ਉਹਨਾਂ ਦੇ ਐਬੋਰੀਜਨਲਸ ਵਾਲੀ ਦੇਖ ਕੇ ਸਮਝ ਲਈਏ ਭਾਈ, ਕਿਰਤ ਕਰੀਏ, ਆਪਣੀ ਜ਼ਮੀਨ ਨਹੀਂ ਛੱਡਣੀ, ਜੇ ਹੱਕ ਛੱਡ ਦਿੱਤੇ ਤਾਂ ਸਾਡੇ ਕੋਲ ਕੁਝ ਨਹੀਂ ਜੇ ਬਚਣਾ। ਅੰਦੋਲਨ ਦਾ ਡਾਕਟਰ ਸਾਹਿਬ ਕੀ ਵੇਖਦੇ ਹੋ ਕਿ ਜੇ ਆਰਡੀਨੈਂਸ ਚੱਲਦਾ ਜਾਂ ਨਹੀਂ ਚੱਲਦਾ, ਤੇ ਲੋਕਾਂ ਚ ਤੁਹਾਡੇ ਡਾਕਟਰੀ ਹਲਕਿਆਂ ਚ ਜਾਂ ਕੀ ਸੁਨੇਹਾ ਇਸ ਅੰਦੋਲਨ ਦਾ ਜਾ ਰਿਹਾ? ਕੁਝ ਦੇਖੋ, ਜਿਹੜੇ ਸ਼ਹਿਰੀ ਤਬਕਾ ਜੇ ਉਹਨਾਂ ਨੂੰ ਸ਼ਾਇਦ ਇਹ ਗਲਤ ਫਹਿਮੀ ਹੈ ਕਿ ਇਹ ਸਿਰਫ ਕਿਸਾਨਾਂ ਦਾ ਮਸਲਾ ਜੇ। ਸੋ ਜੋ ਇਸ ਤਰੀਕੇ ਦੇ ਜਿਨ੍ਹਾਂ ਨਾਲ ਮੇਰਾ ਸੰਪਰਕ ਹੋ ਸਕਿਆ ਉਹਦੇ 'ਚ ਵੱਡੀ ਗਿਣਤੀ ਉਹ ਸਨ ਜਿਹੜੇ ਇਸ ਗੱਲ ਨੂੰ ਸਮਝੇ ਬਗੈਰ ਸਿਰਫ ਕਹਿ ਰਹੇ ਸਨ ਕਿ ਇਹ ਸਾਡਾ ਸਿਰਫ ਵਕਤ ਖਰਾਬ ਕਰ ਰਹੇ ਨੇ, ਸਾਡੇ ਰਾਹ ਰੋਕ ਰਹੇ ਨੇ, ਇਸ ਤਰੀਕੇ ਦੀ ਉਹਨਾਂ ਦੀ ਸੋਚ ਹੈ। ਸੋ ਉਹਨਾਂ ਲਈ ਜ਼ਰੂਰ ਸੁਨੇਹਾ ਜੇ ਕਿ ਭਾਈ ਤੁਸੀਂ ਵੀ ਰੋਟੀ ਤਾਂ ਖਾਣੀ ਹੈ, ਅਸੀਂ ਸਾਰਾ ਕੁਛ ਕਰਦੇ ਕਾਹਦੇ ਲਈ ਆ? ਢਿੱਡ ਭਰਨ ਲਈ ਹੀ ਸਾਰਾ ਕੁਛ ਕਰਨਾ, ਉਸ ਤੋਂ ਬਾਅਦ ਭਾਵੇਂ ਤੁਸੀਂ 2 ਕਰੋੜ ਫਾਲਤੂ ਕਮਾ ਲਓਗੇ, ਖਾਣੀ ਤਾਂ ਉਹੀ ਰੋਟੀ ਹੈ, ਤੇ ਜੇ ਰੋਟੀ ਨਹੀਂ ਤਾਂ ਫਿਰ ਜਿੰਨੇ ਮਰਜ਼ੀ ਪੈਸੇ ਉਹਨੂੰ ਤੁਹਾਡੇ ਕਿਸੇ ਕੰਮ ਨਹੀਂ। ਸੋ ਅਸਲ ਜਿਹੜੇ ਸਾਡੇ ਜ਼ਮੀਨੀ ਜੁੜੇ ਲੋਕ ਜਿਨ੍ਹਾਂ ਦੀਆਂ ਮੰਗਾਂ ਵੱਲ ਨਹੀਂ ਧਿਆਨ ਕਰਾਂਗੇ ਤਾਂ ਅਗਲਾ ਜਿਹੜਾ ਟੱਕ ਵੱਜਣਾ ਜੇ ਨਾ ਮਾਰੂ ਟੱਕ, ਉਹ ਸ਼ਹਿਰੀ ਤਬਕੇ ਤੇ ਪੈਣਾ ਜੇ ਜਿਨ੍ਹਾਂ ਨੇ ਟੈਕਸ ਪਾਈ ਗਿਆ। ਦੇਖੋ ਬੈਂਕ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ, ਬੈਂਕ ਮੁਲਾਜ਼ਮ ਸਟ੍ਰਾਈਕਾਂ ਕਰ ਕਰਕੇ ਥੱਕ ਗਏ, ਤੁਸੀਂ ਬੈਂਕ ਜਾਓ ਤੁਹਾਨੂੰ ਪਾਸਬੁੱਕ ਨਹੀਂ ਦਿੰਦੇ, ਵੀ ਹੌਲੀ ਹੌਲੀ ਬੰਦਾ ਪ੍ਰਾਈਵੇਟ 'ਚ ਜਾਣ ਲੱਗ ਜਾਵੇ। ਬਿਲਕੁਲ, ਤੇ ਉਹ ਇਸ ਹੱਦ ਤੱਕ ਸਾਡੇ ਤੇ ਟੈਕਸਾਂ ਦਾ ਜ਼ੋਰ ਪੈ ਚੁੱਕਾ ਜਿਹਦੀ ਦੁਰਵਰਤੋਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੇਅੰਤ ਜਿਹੜੇ ਸਾਡੇ ਬਹੁਤ ਸਾਰੇ ਕਾਰਨ ਨੇ। ਹੁਣ ਜਿਵੇਂ NRI ਨੇ ਬੱਚੇ ਦੀ ਫੀਸ ਲਈ ਤੁਸੀਂ ਪੈਸੇ ਭੇਜਣੇ ਆ, ਉਸ ਤੋਂ ਬਾਅਦ ਉਹਦੀ ਮਦਦ ਲਈ ਕੁਝ ਪੈਸਾ ਭੇਜਣਾ, ਉਹਦੇ ਤੇ ਬਹੁਤ ਵੱਡੇ ਕੱਟ ਲੱਗ ਰਹੇ ਨੇ। ਬਿਲਕੁਲ, ਉਹੀ ਟੈਕਸਾਂ ਦੇ ਰਾਹੀਂ ਸਾਨੂੰ ਨਿਚੋੜ ਲਿਆ ਗਿਆ। ਸੋ ਸ਼ਹਿਰੀ ਤਬਕਾ ਜਿਹੜਾ ਇਹ ਸੋਚ ਰਿਹਾ ਕਿ ਸਾਡੇ ਤੇ ਮਾਰ ਨਹੀਂ ਪੈ ਰਹੀ, ਉਨੀ ਹੀ ਮਾਰ ਤੇ ਫਰੇ ਕਿਤੇ ਕਿਤੇ ਤਾਂ ਦੁੱਗਣੀ ਪੈ ਰਹੀ ਹੋਣੀ ਹੈ। ਸੋ ਉਹਨਾਂ ਨੂੰ ਹੁਣ ਸਮਝਣਾ ਚਾਹੀਦਾ ਕਿ ਜੇ ਉਹਨਾਂ ਦੇ ਹੱਕਾਂ ਲਈ ਅਸੀਂ ਚੁੱਪ ਰਹਿ ਗਏ ਤਾਂ ਅਗਲੀ ਵਾਰ ਸਾਡੇ ਹੱਕਾਂ ਲਈ। ਅੱਛਾ ਇੱਕ ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਹੈ, ਸਾਰੇ ਕਹਿੰਦੇ ਨੇ ਕਿ ਉੱਠੋ, ਉਗਰਾਹਾਂ ਗਰੁੱਪ ਨੇ ਸੁਨੇਹਾ ਵੀ ਦਿੱਤਾ ਅਸੀਂ ਤਾਲਮੇਲ ਨਾਲ ਤੁਹਾਡੇ ਨਾਲ ਆਉਣ ਨੂੰ ਤਿਆਰ ਹਾਂ, ਪਰ ਜਿਹੜੇ 2 ਵੱਡੀਆਂ ਧਿਰਾਂ ਨੇ ਸਰਵਣ ਸਿੰਘ ਪੰਧੇਰ ਜਾਂ ਡੱਲੇਵਾਲ ਸਾਹਿਬ, ਉਹਨਾਂ ਨੇ ਇਕੱਲੇ ਅੰਦੋਲਨ ਸ਼ੁਰੂ ਕੀਤਾ, ਇਹਨਾਂ ਤੋਂ ਸੁਨੇਹਾ ਦੇਣ ਦੇ ਬਾਵਜੂਦ ਵੀ ਅਜੇ ਇਕੱਠੇ ਨਹੀਂ ਹੋ ਰਹੇ,
ਕੋਈ ਵਿੱਚ ਵਿਚੋਲਾ ਵੀ ਲੱਭਦਾ ਨਹੀਂ ਜਿਹੜਾ ਇਹਨਾਂ ਨੂੰ ਇਕੱਠੇ ਕਰ ਸਕੇ। ਮੈਂ ਨਾ ਮੰਨਣ ਵਾਲੇ ਸਾਰੇ ਨੇ, ਇਹਦਾ ਨੁਕਸਾਨ ਸਾਰਿਆਂ ਨੂੰ ਹੋਣਾ। ਬਿਲਕੁਲ, ਮੈਂ ਇਹਦੇ ਨਾਲ ਤੁਹਾਡੇ ਨਾਲ ਸੱਚੀ ਮੁੱਚੀ ਸਹਿਮਤ ਹਾਂ ਕਿ ਜੇ ਇਸੇ ਤਰ੍ਹਾਂ ਇਕੱਲੇ ਇਕੱਲੇ ਜੰਗ ਵਿੱਢਦੇ ਰਹੇ ਤਾਂ ਫਿਰ ਕਿਸੇ ਵੀ ਹਾਲ ਵਿੱਚ ਜਿੱਤ ਨਹੀਂ ਹੋ ਸਕਦੀ, ਇਕੱਠੇ ਤਾਂ ਹੋਣਾ ਹੀ ਪੈਂਦਾ। ਪਰ ਕੀ ਕਰੀਏ ਜੀ, ਸਾਡੀਆਂ ਪ੍ਰਧਾਨਗੀਆਂ ਸਾਡੇ ਧੌਣ 'ਚ ਕਿੱਲਾ ਗੱਡ ਦਿੰਦੀਆਂ ਨੇ, ਸੋ ਉਹ ਹਰ ਜਣੇ ਨੂੰ, ਹਰ ਹਾਕਮ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਔਰੰਗਜ਼ੇਬ ਬਣਾ ਦਿੰਦੀਆਂ ਨੇ। ਸੋ ਇਹੀ ਕੰਮ ਹੋ ਰਿਹਾ ਜੇ ਕਿ ਸਾਡੇ ਜਿੱਥੇ ਕਿਤੇ ਰੱਤੀ ਮਾਸਾ ਵੀ ਕੋਈ। ਪਰ ਇੱਥੇ ਮੈਂ ਵੇਖਿਆ ਤੁਹਾਡੇ ਆਪਣਾ ਪਟਿਆਲੇ ਦੀਆਂ ਨਰਸਾਂ ਨੇ ਵੀ ਉਸ ਦਿਨ ਭਾਰਤ ਬੰਦ ਦੇ ਵਾਲੇ ਦਿਨ ਪ੍ਰਦਰਸ਼ਨ ਕੀਤਾ, ਕਿਉਂਕਿ ਨਰਸਾਂ ਦੀ ਜਾਂ ਹੋਰਾਂ ਦੇ ਵੀ ਆਪਣੇ ਇਸ਼ੂਜ਼ ਨੂੰ ਲੈ ਕੇ ਸਰਕਾਰਾਂ ਨਾਲ ਇੱਟ ਖੜਕਾ ਹੈਗਾ। ਮਤਲਬ ਇੱਕ ਆਮ ਲੋਕ ਉੱਠ ਤਾਂ ਰਹੇ ਨੇ ਵੈਸੇ। ਬਿਲਕੁਲ ਉੱਠ ਰਹੇ ਨੇ, ਪਰ ਜੇ ਵੱਖੋ ਵੱਖਰੇ ਗਰੁੱਪ ਜਿਹੜੇ ਜਦੋਂ ਤੱਕ ਇਕੱਠੇ ਨਹੀਂ ਹੁੰਦੇ, ਤਾਕਤ ਤਾਂ ਦੇਖੋ ਬੰਨੇ ਹੋਏ ਇਕੱਠੇ 'ਚ ਹੁੰਦੀ, ਜੇ ਅਲੱਗ ਅਲੱਗ ਨੂੰ ਵਿੱਚੋਂ ਜਦੋਂ ਤੁਸੀਂ ਚੁਣ ਕੇ, ਬੜਾ ਸੌਖਾ ਹੁੰਦਾ ਜੇ ਸਿਆਸਤਦਾਨਾਂ ਲਈ ਮਾਰ ਦੇਣਾ, ਪਰ ਜਦੋਂ ਇਹ ਸਾਰੇ ਇਕਜੁੱਟ ਹੋ ਜਾਣਗੇ ਫਿਰ ਸਿਆਸਤਦਾਨ। ਜਿਸ ਤਰ੍ਹਾਂ ਉੱਥੇ ਵੀ ਡਾਕਟਰ ਸਾਹਿਬ ਕੁਝ ਨਿਹੰਗ ਸਿੰਘ ਵੀਰ ਜਿਹੜੀਆਂ ਬੜੀਆਂ ਮਾਰਸ਼ਲ ਫੌਜਾਂ ਨੇ ਹਰਿਆਵਲ ਦੱਸਦੇ ਆ ਸਿੱਖੀ ਦੇ, ਉਹ ਵੀ ਕਈ ਵਾਰੀ ਆਪਣੇ ਤੌਰ 'ਤੇ ਵਾਇਲੈਂਸ ਵਾਲੇ ਜਾਂ ਲੜਨ ਵਾਲੇ ਮੂਡ 'ਚ ਆ ਜਾਂਦੇ ਨੇ। ਕੁਛ ਜਿਹੜੇ ਨੌਜਵਾਨ ਨੇ ਉਹ ਵੀ ਆਪਣੇ ਤੌਰ 'ਤੇ ਬਿਨਾਂ ਪਲੈਨਿੰਗ ਤੋਂ ਧੱਕਾ ਕਰਦੇ ਨੇ ਵੀ ਕਿ ਅਸੀਂ ਇੱਦਾਂ ਬਾਰਡਰ ਤੋੜ ਲਾਂਗੇ। ਉਹਦੇ 'ਚ ਵਾਇਲੈਂਸ ਹੁੰਦੀ ਹੈ। ਪਹਿਲਾਂ ਵੀ ਜਿਹੜਾ ਸੀਗਾ ਨਵਰੀਤ ਸਿੰਘ ਡਿਬੜਵਾ, ਇੱਕ ਮੁੰਡੇ ਦਾ ਕਤਲ ਹੋ ਗਿਆ ਸੀ ਗੋਲੀ ਨਾਲ, ਅਤੇ ਉਹਨਾਂ ਨੂੰ ਵੀ ਕੀ ਸੰਜਮ ਸਲੀਕਾ ਨਹੀਂ ਚਾਹੀਦਾ ਇੱਕ ਕੇਡਰ ਬਣਾ ਕੇ ਕਿ ਕਦੋਂ ਮਤਲਬ ਰਸਤਾ ਲੰਘਣਾ ਜਾਂ ਕਦੋਂ ਬੈਰੀਕੇਡ ਤੋੜਨੇ ਨੇ ਜਾਂ ਨਹੀਂ ਤੋੜਨੇ। ਸ਼ਾਇਦ ਵੱਡਿਆਂ ਦੀ ਅਗਵਾਈ ਦੀ ਉਹਨਾਂ ਨੂੰ ਵੀ ਜ਼ਰੂਰਤ ਹੈ, ਲੀਡਰ ਦੀ ਅਗਵਾਈ। ਭਾਜੀ ਬੜੀ ਡੂੰਘੀ ਗੱਲ ਕੀਤੀ ਹੈ ਤੁਸੀਂ, ਇਸ ਤੋਂ ਪਹਿਲਾਂ ਕਿ ਉਹਨਾਂ ਤੇ ਅਸੀਂ ਉਂਗਲ ਚੁੱਕੀਏ, ਮੈਨੂੰ ਲੱਗਦਾ ਕਿ ਮੇਰੇ ਵੱਲ ਜ਼ਿਆਦਾ ਚਾਰ ਉਂਗਲਾਂ ਆਉਂਦੀਆਂ ਨੇ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਦਾ ਸਲੀਕਾ ਸਿਖਾ ਸਕੇ ਹਾਂ। ਅਸੀਂ ਉਹਨਾਂ ਨੂੰ ਬਚਪਨ ਤੋਂ ਇਹ ਸਿਖਾਇਆ ਦੂਜੇ ਨੂੰ ਮਿੱਧ ਕੇ ਅਗਾਂਹ ਵਧਣਾ। ਅਸੀਂ ਕਦੇ ਵੀ ਸਾਂਝੀ ਵਾਲਤਾ ਦਾ ਪਾਠ ਕਿਸੇ ਸਕੂਲ, ਕਾਲਜ, ਯੂਨੀਵਰਸਿਟੀ 'ਚ ਨਹੀਂ ਪੜ੍ਹਾਉਂਦੇ। ਉਹਨਾਂ ਨੂੰ ਸਿਰਫ ਹੀ ਇਹੋ ਸਿਖਾਇਆ ਜਾਂਦਾ ਕਿ ਤੇਰੇ ਨੰਬਰ ਇੰਨੇ ਕੁ 0.2% ਵੀ ਉਸ ਤੋਂ ਘੱਟ ਕੇ ਉਹਨੇ ਉਸ ਤੋਂ ਵੱਧ ਲਿਆਣੇ। ਸੋ ਅਸੀਂ ਉਹਨਾਂ ਨੂੰ ਤਿਆਰ ਹੀ ਇਸ ਤਰੀਕੇ ਕਰਕੇ ਸਮਾਜ ਵਿੱਚ ਦੇ ਭੇਜ ਰਹੇ ਹਾਂ ਕਿ ਤੁਸੀਂ ਦੂਜੇ ਨੂੰ ਮਿੱਧਣਾ, ਆਪਣੇ ਆਪ ਨੂੰ ਅਗਾਂਹ ਰੱਖਣਾ। ਇਹੀ ਗੱਲ ਜੇ ਜਿਹੜੀ ਸਾਡੇ ਪੰਜਾਬੀਆਂ 'ਚ ਨਹੀਂ ਬਲਕਿ ਪੂਰੇ ਭਾਰਤੀਆਂ ਦੇ ਵਿੱਚ ਹੀ ਇਹ ਨੁਕਸਾਨਦੇਹ ਹੈ, ਜਿੱਥੇ ਅਸੀਂ ਇੱਕ ਦੂਜੇ ਨਾਲ ਜੁੜਨ ਦੇ ਵਿੱਚ, ਕਿਉਂਕਿ ਬਹੁਤ ਭਾਰੀ ਲੋੜ ਹੁੰਦੀ ਜੇ ਹਲੀਮੀ ਦੀ ਕਿ ਮੈਂ ਆਪਣੀ ਮੈਂ ਖਤਮ ਕੀਤੀ, ਮੈਂ ਤੇਰੇ ਨਾਲ ਹਾਂ। ਇਹ ਕਰਨ ਲਈ ਬਹੁਤ ਕੁਛ ਅੰਦਰੋਂ ਮਾਰਨਾ ਪੈਂਦਾ, ਪਰ ਅਸੀਂ ਉਹ ਬੱਚਿਆਂ ਨੂੰ ਸਿਖਾਇਆ ਨਹੀਂ। ਸੋ ਉਹ ਜੇ ਬੱਚੇ ਅੱਜ ਭੜਕ ਜਾ ਰਹੇ, ਭੜਕਦੇ ਪਏ ਨੇ, ਤਾਂ ਫਿਰ ਵੀਰਾ ਤੁਸੀਂ ਮੈਨੂੰ ਆਪ ਹੀ ਦੱਸਿਓ ਕਿੰਨੇ ਕੁ ਅਸੀਂ ਗੀਤ ਸੰਗੀਤ ਰਾਹੀਂ ਉਹਨਾਂ ਨੂੰ ਸਹਿਜ ਕਰ ਸਕੇ, ਜਾਂ ਕਿੰਨਾ ਕੁ ਅਸੀਂ ਇਤਿਹਾਸਕ ਤੱਥ ਉਹਨਾਂ ਨੂੰ ਦੱਸ ਸਕੇ ਹਾਂ ਕਿ ਭਾਈ ਕਿਵੇਂ ਇਸ ਤਰੀਕੇ ਦੀਆਂ ਜੰਗਾਂ ਵਿੱਚ ਜੂਝਿਆ ਜਾਂਦਾ, ਕਦੇ ਤੋਂ ਕਦੋਂ ਤੁਹਾਨੂੰ ਅੱਤ ਦੀ ਹਲੀਮੀ ਦੇ ਨਾਲ ਤੁਰਨਾ ਹੈ ਤੇ ਕਦੋਂ ਤੁਸੀਂ ਜ਼ਾਲਮ ਨਾਲ ਟੱਕਰ ਲੈਣੀ ਹੈ ਤੇ ਕਿਸ ਤਰੀਕੇ ਲੈਣੀ ਹੈ। ਅਸੀਂ ਇੱਦਾਂ ਦੀ ਕੋਈ ਜਾਣਕਾਰੀ ਨਹੀਂ ਸਾਂਝੀ ਕਰਦੇ, ਤਾਂ ਉਹ ਬੱਚੇ ਸਿਰਫ ਵਲਗੈਰਿਟੀ ਦੇਖਦੇ ਨੇ, ਚੁਫੇਰੇ ਕਤਲ ਹੁੰਦੇ ਦੇਖਦੇ ਨੇ, ਤੇ ਫਿਰ ਚੁਫੇਰੇ ਮੀਡੀਆ ਵੱਲੋਂ ਉਜਾਗਰ ਕੀਤੇ ਜਾਂਦੇ ਹਿੰਸਕ ਤੱਥ ਦੇਖਦੇ ਨੇ। ਉਹੀ ਉਹਨਾਂ ਨੂੰ ਲੱਗਦਾ ਕਿ ਇਹੀ ਸਾਡੀ ਪ੍ਰਾਇਓਰਿਟੀ ਹੈ। ਸੋ ਇਹ ਅਹਿਮ ਗੱਲ ਹੈ, ਗਲਤੀ ਖਾ ਜਾਂਦੇ ਨੇ। ਸੋ ਪੈਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਧੰਨਵਾਦ, ਤੁਸੀਂ ਆਪਣੇ ਜਜ਼ਬਾਤ ਸਾਂਝੇ ਕੀਤੇ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਚੋਣਾ ਨੂੰ ਵੀ ਦਿਓ ਆ ਗਿਆ ਧੰਨਵਾਦ। ਸਤਿ ਸ਼੍ਰੀ ਅਕਾਲ।